ਇੱਥੇ ਸਾਂਸਦ ਸੰਨੀ ਦਿਓਲ ਦੇ ਜਿਹੜੇ ਪੀਏ ਨੇ ਗੁਰਪ੍ਰੀਤ ਸਿੰਘ ਜੀ ਪਹੁੰਚੇ ਹੋਏ ਨੇ ਸਰ, ਕਿੰਨਾ ਕੁ ਨੁਕਸਾਨ ਸਮਝਦੇ ਹੋਇਆ? ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ, ਗੱਲ ਕਿੰਨੇ ਦੀ ਨਹੀਂ ਹੈਗੀ। ਇੱਦਾਂ ਦੀਆਂ ਘਟਨਾਵਾਂ ਕਦੇ ਵੀ ਦੁਬਾਰਾ ਜ਼ਿੰਦਗੀ 'ਚ ਨਾ ਵਾਪਰਨ, ਬਸ ਉਹਦੇ ਲਈ ਕਾਰਵਾਈ, ਔਰ ਜਿਨ੍ਹਾਂ ਦੇ ਕਰਕੇ ਇਹ ਵਾਪਰਿਆ ਉਹਨਾਂ ਨੂੰ ਸਖਤੀ ਤੋਂ ਸਖਤ ਸਜਾਵਾਂ ਔਰ ਉਹਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਸਰ, ਪਹਿਲਾਂ ਵੀ ਇੱਥੇ ਬਲਾਸਟ ਹੋ ਚੁੱਕੇ ਆ, ਫਿਰ ਵੀ ਰਿਹਾਇਸ਼ੀ ਇਲਾਕੇ ਵਿੱਚ ਫੈਕਟਰੀ ਜਿਹੜੀ ਉੱਥੇ ਹੈਗੀ? ਜੀ ਜੀ ਜੀ, ਜੇ ਪਹਿਲਾਂ ਹੋ ਚੁੱਕਿਆ, ਜੇ ਉਸ ਤੋਂ ਹਲੇ ਵੀ ਸਬਕ ਨਹੀਂ ਲਿਆ ਤਾਂ ਇਹ ਬਹੁਤ ਮਾੜੀ ਗੱਲ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਇੱਦਾਂ ਦੀਆਂ ਘਟਨਾਵਾਂ ਨਾ ਹੋਣ, ਉਸ ਪ੍ਰਤੀ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ। ਇੱਥੇ ਇੱਕ ਸਕੂਲ ਵੀ ਹੈ ਸਰ, ਕਹਿੰਦੇ ਇੱਕ ਘੰਟਾ ਪਹਿਲਾਂ ਸਿਰਫ ਛੁੱਟੀ ਹੋਈ ਬੱਚਿਆਂ ਨੂੰ। ਤੁਹਾਨੂੰ ਉਹੀ ਕਹਿ ਰਿਹਾ, ਜੋ ਮਹਾਰਾਜ ਨੇ ਭਾਣਾ, ਮਤਲਬ ਆਪਾਂ ਧੰਨਵਾਦ ਕਰ ਸਕਦੇ ਹਾਂ ਉਸ ਅਕਾਲ ਪੁਰਖ ਦਾ, ਇਹੀ ਕਹਿ ਸਕਦੇ ਹਾਂ, ਔਰ ਪਰ ਜੋ ਜਿਹੜੇ ਇਸ ਦੁਨੀਆ ਤੋਂ ਗਏ ਹੈ ਉਹ ਵੀ ਕਿਸੇ ਨਾ ਕਿਸੇ ਪਰਿਵਾਰ ਨਾਲ ਜੁੜੇ ਹੈ, ਉਹਨਾਂ ਦਾ ਵੀ ਨੁਕਸਾਨ ਹੋਇਆ। ਅਸੀਂ ਤਾਂ ਇਹੀ ਕਹਿ ਸਕਦੇ ਹਾਂ, ਭਾਵੇਂ ਜਿਹਦਾ ਵੀ ਹੋਇਆ ਬਹੁਤ ਮਾੜਾ ਹੋਇਆ, ਉਹਨਾਂ ਵਾਸਤੇ ਕੋਈ ਮੁਆਵਜ਼ਾ ਰਾਸ਼ੀ ਦਿੱਤੀ ਜਾਏਗੀ? ਦੇਣੀ ਜਾਣੀ ਚਾਹੀਦੀ ਹੈ ਵੱਧ ਤੋਂ ਵੱਧ। ਗੱਲ ਮੁਆਵਜ਼ੇ, ਮੈਂ ਵਾਰ ਵਾਰ ਇਹੀ ਗੱਲ ਕਹਿਣਾ ਕਿ ਗੱਲ ਮੁਆਵਜ਼ੇ ਤੱਕ ਨਾ ਰੁਕੇ, ਗੱਲ ਪ੍ਰਸ਼ਾਸਨਿਕ ਤੌਰ 'ਤੇ ਬਹੁਤ ਸਖਤੀ ਦੇ ਕਦਮ ਉਠਾਉਣੇ ਚਾਹੀਦੇ ਸਾਨੂੰ। ਸਾਨੂੰ ਹਰ ਇੱਕ ਵਾਰੀ ਤੁਸੀਂ ਮੁਆਵਜ਼ਾ ਕਹਿ ਕੇ ਗੱਲ ਖਤਮ ਨਹੀਂ ਕਰੀ ਜਾ ਸਕਦੀ ਭਰਾ। ਅੱਛਾ, ਸਨੀ ਜੀ ਦੇ ਧਿਆਨ ਵਿੱਚ ਗੱਲ? ਹਾਂਜੀ, ਸਨੀ ਸਰ ਖੁਦ DC ਸਾਹਿਬ ਨਾਲ, ਪ੍ਰਸ਼ਾਸਨ ਨਾਲ, ਪੰਜਾਬ ਸਰਕਾਰ ਨਾਲ, ਗੌਰਮੈਂਟ ਆਫ ਇੰਡੀਆ ਨਾਲ ਗੱਲ ਕਰ ਰਹੇ ਹਾਂ। ਤੁਸੀਂ ਉਹਨਾਂ ਦੇ ਟਵੀਟ ਵੀ ਦੇਖੋਗੇ ਫੇਸਬੁੱਕ 'ਤੇ, ਉਹ ਹਰ ਇੱਕ 24 ਅੱਧੇ 15-15 ਮਿੰਟ ਬਾਅਦ ਹਰੇਕ ਚੀਜ਼ ਉਹਨਾਂ ਨੂੰ ਅਪਡੇਟ ਹੋ ਰਹੀ ਹੈ ਸਰ। ਇਹ ਸਨ ਸਾਂਸਦ ਸੰਨੀ ਦਿਓਲ ਦੇ PA ਗੁਰਪ੍ਰੀਤ ਸਿੰਘ, ਜਿਨ੍ਹਾਂ ਨੇ ਦੱਸਿਆ ਵੀ ਸੰਨੀ ਦਿਓਲ 10-15 ਮਿੰਟ ਬਾਅਦ ਫੋਨ ਕਰਕੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਸ ਦੇ ਬਾਰੇ ਜਿਹੜੇ ਬਲਾਸਟ ਦੀ ਜਾਣਕਾਰੀ ਲੈ ਰਹੇ ਨੇ। ਬੜਾ ਵੱਡਾ ਬਲਾਸਟ ਹੈ, ਬਹੁਤ ਵੱਡੀ ਪ੍ਰਾਣ ਹਾਨੀ ਹੋਈ ਹੈ, ਅਤੇ ਇਹਨਾਂ ਨੇ ਇਹੀ ਆਖਿਆ ਵੀ ਇਸ ਫੈਕਟਰੀ ਜਿਹੜੀ ਇਹ ਫੈਕਟਰੀ ਹੈਗੀ ਇਹ ਇੱਥੇ ਰਿਹਾਇਸ਼ੀ ਇਲਾਕੇ ਵਿੱਚ ਕਿਉਂ ਲਗਾਈ ਗਈ ਸੀ, ਇੱਕ ਜਾਂਚ ਦਾ ਵਿਸ਼ਾ ਹੈ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਹਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਕੈਮਰਾਪਰਸਨ ਮੁਕੇਸ਼ ਬਵਾਨਾ, ਸਿਕੰਦਰ ਪਸੀਚਾ, ਜੈਂਗਸਵਿਆ TV, ਬਟਾਲਾ। Hello everyone, my name is Devya Sethi. I am from Fagwada और मैं 25 साल की हूँ। One of my friend from Jalandhar, उन्होंने मुझे body fat के बारे में बताया। सिर्फ 3 महीने यहाँ पे spend करने के बाद मैंने total weight loss यहाँ पे 16 kg किया है और मेरा inch loss भी 70+ किया है। I would like to say, please come here for a healthy weight loss and you will see the results. Thank you so much. होया खैर हुआ सा